सत श्री अकाल निरपक्ष पोस्ट वेख रहे सारे दर्शकों का स्वागत है। तो मैं हाँ नीरज कुमार। लोक इंसाफ पार्टी के मुखी सिमरजीत सिंह बैंस वालों जो किसान बचाओ पंजाब बचाओ रैली जो अमृतसर तो शुरू की गई है अज मोहाली सोहाना साहब गुरुद्वारा पहुँचने वाली है। तुहानू दस दईए कि केंद्र वालों जो ऑर्डीनेंस पास किया गया सी उस दिन लैके यह जो रैली कढ़ी जा रही है सिमरजीत सिंह बैंस वालों जो कि अमृतसर जलियांवाले बाग तो शुरू हुई सी ते अज सोहाना साहब गुरुद्वारा दे विच पहुँच चुकी है। थोनू मैं दिखावांगा सारी उन्हां दी लगातार जिथे जिथे भी होके आए हैं आप दिखावांगे तुहानू नाल दी नाल। फिलहाल हजे वो पहुँचने वाले ने इत्थे। इस तो पहला मैं तस्वीरां तुहानू दिखाना चाहूँगा कि एक दूर तो कि लगातार तुसीं देख सकते हो कि लगातार सिमरजीत सिंह बैंस चंडीगढ़ वल नूं वध रहे ने अपने काफिले दे नाल। हालांकि जो केंद्र वालों ऑर्डीनेंस पास किया गया सी उस नूं लैके ਇਹ ਜੋ ਰੈਲੀ ਕੱਢੀ ਜਾ ਰਹੀ ਹੈ। ਸਿਮਰਜੀਤ ਸਿੰਘ ਬੈਂਸ ਵੱਲੋਂ ਇੱਕ ਪ੍ਰੈਸ ਕਾਨਫਰੰਸ ਦਾ ਆਯੋਜਨ ਕੀਤਾ ਗਿਆ ਜਿਸ ਵਿੱਚ ਉਹਨਾਂ ਨੇ ਕੇਂਦਰ ਸਰਕਾਰ ਵੱਲੋਂ ਪਾਸ ਕੀਤੇ ਖੇਤੀਬਾੜੀ ਸੰਬੰਧੀ ਆਰਡੀਨੈਂਸ ਨੂੰ ਲੈ ਕੇ ਕੇਂਦਰ ਉੱਪਰ ਕਈ ਸਵਾਲ ਖੜੇ ਕੀਤੇ ਤੇ ਅਕਾਲੀ ਦਲ ਨੂੰ ਵੀ ਕਿਹੜੇ ਹੱਥੀ ਲਿਆ। ਬੜੀ ਮਿਹਰਬਾਨੀ ਲੋਕ ਇਨਸਾਫ ਪਾਰਟੀ ਵੱਲੋਂ ਖੇਤੀ ਸੁਧਾਰ ਆਰਡੀਨੈਂਸ ਜਿਹੜਾ ਪੰਜਾਬੀਆਂ ਦਾ ਡੈਥ ਵਾਰੰਟ ਕਵਾਂਗਾ ਮੌਤ ਦੇ ਵਾਰੰਟ ਸਮਾਨ ਕਾਲਾ ਕਾਨੂੰਨ ਉਹਦਾ ਵਿਰੋਧ ਕਰਨ ਹਿੱਤ ਸੋਮਵਾਰ ਤੋਂ ਅੱਜ ਸ਼ੁੱਕਰਵਾਰ ਹੋ ਗਿਆ ਸਾਈਕਲ ਰੋਸ ਯਾਤਰਾ ਦਰਬਾਰ ਸਾਹਿਬ ਮੱਥਾ ਟੇਕਣ ਤੋਂ ਬਾਅਦ ਅਕਾਲ ਤਖ਼ਤ ਸਾਹਿਬ 'ਤੇ ਅਰਦਾਸ ਬੇਨਤੀ ਅਤੇ ਜਲਿਆਂਵਾਲਾ ਬਾਗ ਨਤਮਸਤਕ ਹੋ ਕੇ ਤੁਰੇ ਸੀਗੇ। ਤਕਰੀਬਨ 280-85 ਕਿਲੋਮੀਟਰ ਦਾ ਸਫ਼ਰ। ਪਹਿਲਾ ਪੜਾਅ ਰਾਤ ਨੂੰ ਤੰਬੂਆਂ ਦੇ ਵਿੱਚ ਬਿਆਸ, ਦੂਸਰਾ ਪੜਾਅ ਤੰਬੂਆਂ ਦੇ ਵਿੱਚ ਜਲੰਧਰ, ਤੀਸਰਾ ਪੜਾਅ ਸ਼ਹੀਦ ਆਜ਼ਮ ਸਰਦਾਰ ਭਗਤ ਸਿੰਘ ਦੇ ਜੱਦੀ ਪਿੰਡ ਖੜਕੜ ਕਲਾਂ, ਚੌਥਾ ਪੜਾਅ ਰੋਪੜ ਅਤੇ ਅੱਜ ਪੰਜਵੇਂ ਦਿਨ ਮੁੱਖ ਮੰਤਰੀ ਸਾਹਿਬ ਨੂੰ ਇੱਕ ਮੰਗ ਪੱਤਰ। ਇਸ ਮੰਗ ਪੱਤਰ ਦੇ ਵਿੱਚ ਲਿਖਿਆ ਕਿ ਤੁਰੰਤ ਵਿਧਾਨ ਸਭਾ ਦਾ ਹੰਗਾਮੀ ਸੈਸ਼ਨ ਕਾਲ ਕਰਕੇ ਇਸ ਕਾਲੇ ਕਾਨੂੰਨ ਨੂੰ, ਇਸ ਆਰਡੀਨੈਂਸ ਨੂੰ ਰੱਦ ਕਰੋ। ਸਾਡਾ ਦੇਸ਼ ਸੰਘੀ ਢਾਂਚਾ ਦੇਸ਼ ਹੈਗਾ, ਫੈਡਰਲ ਸਿਸਟਮ ਦੇਸ਼ ਆ। ਡਾਕਟਰ ਭੀਮ ਰਾਓ ਅੰਬੇਦਕਰ ਸਾਹਿਬ ਜਦੋਂ ਇਸ ਦੇਸ਼ ਦਾ, ਵੱਡੇ ਦੇਸ਼ ਦਾ ਸੰਵਿਧਾਨ ਬਣਾਉਣ ਲੱਗੇ ਤਾਂ ਉਹਨਾਂ ਦੇ ਮਨ ਦੇ ਅੰਦਰ ਭਵਿੱਖ ਦੀਆਂ ਗੱਲਾਂ ਸੀਗੀਆਂ ਕਿ ਕਿਸੇ ਢੰਗ ਤਰੀਕੇ ਕੇਂਦਰ ਅਤੇ ਰਾਜਾਂ ਦੇ ਆਪਸੀ ਟਕਰਾਓ ਨੂੰ ਰੋਕਿਆ ਜਾਵੇ, ਸੰਵਿਧਾਨ ਇਸ ਤਰੀਕੇ ਦਾ ਬਣਾਇਆ ਜਾਵੇ। ਉਹਨਾਂ ਦੀ ਸੋਚ ਨੇ ਸੰਵਿਧਾਨ ਤਿਆਰ ਕੀਤਾ। ਕੇਂਦਰ ਦੀਆਂ ਸ਼ਕਤੀਆਂ, ਰਾਜਾਂ ਦੀਆਂ ਸ਼ਕਤੀਆਂ, ਕੰਕਰੰਟ ਲਿਸਟ ਇਹ ਉਹਨਾਂ ਨੇ ਰੈਡੀ ਕੀਤੀ। ਕਿਹੜੀ ਵਿਸ਼ੇ ਦੇ ਉੱਤੇ ਕੇਂਦਰ ਕਾਨੂੰਨ ਬਣਾ ਸਕਦਾ, ਕਿਹੜੇ ਵਿਸ਼ੇ ਦੇ ਉੱਤੇ ਰਾਜ ਕਾਨੂੰਨ ਬਣਾ ਸਕਦਾ। ਹੁਣ ਜਿਹੜਾ ਇਹ ਆਰਡੀਨੈਂਸ ਜਾਰੀ ਹੋਇਆ, ਇਹ ਸੱਤਵੇਂ ਸ਼ਡਿਊਲ ਦੀ 14ਵੀਂ ਐਂਟਰੀ। ਖੇਤੀਬਾੜੀ ਨਾਲ ਸੰਬੰਧਿਤ ਕੋਈ ਵੀ ਕਾਨੂੰਨ ਬਣਾਉਣਾ ਹੋਵੇ ਤਾਂ ਉਹ ਸੂਬਾ ਸਰਕਾਰ ਅਧਿਕਾਰ ਰੱਖਦੀ ਹੈ, ਸੂਬੇ ਅਧਿਕਾਰ ਰੱਖਦੀ ਹੈ। ਇਸੇ ਸ਼ਡਿਊਲ ਦੀ, ਸੱਤਵੇਂ ਸ਼ਡਿਊਲ ਦੀ 26ਵੀਂ ਐਂਟਰੀ ਅੰਦਰੂਨੀ ਖੇਤੀਬਾੜੀ ਦੇ ਮੰਡੀਕਰਨ ਵਾਸਤੇ, ਸਟੇਟ ਦੀ ਖੇਤੀਬਾੜੀ ਦੇ ਮੰਡੀਕਰਨ ਵਾਸਤੇ 26ਵੀਂ ਐਂਟਰੀ। ਸਟੇਟ ਸਬਜੈਕਟ ਕਾਨੂੰਨ ਬਣਾਉਣ ਦਾ ਅਧਿਕਾਰ, ਕਾਨੂੰਨ ਦੇ ਵਿੱਚ ਸੋਧ ਕਰਨ ਦਾ ਅਧਿਕਾਰ ਸਿਰਫ ਸੂਬਿਆਂ ਕੋਲੇ ਆ, ਕੇਂਦਰ ਕੋਲੇ ਨਹੀਂ। ਡਾਕਾ ਵੱਜ ਗਿਆ ਸੂਬਿਆਂ ਦੇ ਅਧਿਕਾਰਾਂ ਦੇ ਉੱਤੇ। ਔਰ ਉਸ ਤੋਂ ਅੱਗੇ ਆੜ੍ਹਤੀ ਜਿਹੜੇ ਬੈਂਕ ਲੋਕਲ ਹੈਗੇ ਸੀ ਕਿਸਾਨਾਂ ਦੀ, ਖਤਮ ਹੋ ਗਏ ਉਹਨਾਂ ਦੇ ਮੁਨੀਮ, ਕੋਈ 60,000 ਦੇ ਕਰੀਬ ਲੱਖਾਂ ਪੱਲੇਦਾਰ, ਤੋਲੇ, ਛੋਟੇ ਟਰਾਂਸਪੋਰਟਰ, ਮਾਰਕੀਟ ਕਮੇਟੀ ਦੇ ਮੁਲਾਜ਼ਮ ਸਭ ਆਉਣ ਵਾਲੇ ਦਿਨਾਂ ਦੇ ਵਿੱਚ ਬੇਰੁਜ਼ਗਾਰ। 4,000 ਕਰੋੜ ਰੁਪਈਏ ਦਾ ਲੌਸ ਹੋਇਆ ਸਟੇਟ ਨੂੰ ਪਰ ਈਅਰ। ਮਾਰਕੀਟ ਕਮੇਟੀ ਫੀਸ, RDF ਰੂਰਲ ਡਿਵੈਲਪਮੈਂਟ ਫੰਡ, ਜਿਹਦੇ ਜ਼ਰੀਏ ਤਕਰੀਬਨ 9,000 ਪਿੰਡਾਂ ਦੀਆਂ ਲਿੰਕ ਸੜਕਾਂ ਇਸੇ ਫੰਡ 'ਚੋਂ ਬਣਦੀਆਂ ਨੇ, ਉਹ ਖਤਮ ਹੋ ਗਿਆ। ਸਭ ਤੋਂ ਵੱਡੀ ਜਿਹੜੀ ਨੁਕਸਾਨਦਾਇਕ ਗੱਲ ਹੈਗੀ ਹੈ, ਜਿਹਦੇ ਕਰਕੇ ਅਸੀਂ ਵਿਰੋਧ 'ਤੇ ਤੁਰੇ ਹਾਂ, ਕਿਸਾਨਾਂ ਨੂੰ ਲਾਮਬੰਦ ਕਰਨ ਵਾਸਤੇ ਤੁਰੇ ਹਾਂ, ਉਹ ਹੈਗਾ ਆਉਣ ਵਾਲੇ ਦਿਨਾਂ ਦੇ ਵਿੱਚ, ਸਾਲ 2 ਸਾਲਾਂ ਦੇ ਵਿੱਚ ਕਿਸਾਨ ਦੀ ਹਾਲਤ ਕੈਸੀ ਹੋਣੀ ਆ। MSP ਦਾ ਰੌਲਾ ਪਾ ਕੇ ਸੁਖਬੀਰ ਬਾਦਲ ਵਰਗੇ ਲੋਕ ਇੱਕ ਭੰਬਲ ਭੂਸਾ ਖੜਾ ਕਰ ਰਹੇ ਆ। MSP ਦੋਸਤੋ ਕੀ ਆ? ਜਿਵੇਂ ਸੁਖਬੀਰ ਬਾਦਲ ਸਾਹਿਬ ਕਹਿ ਰਹੇ ਆ ਕਿ MSP ਨਹੀਂ ਖਤਮ ਹੋਣ ਦਿੰਦੇ। ਹੁਣ ਮੈਂ ਤੁਹਾਨੂੰ ਪਹਿਲਾਂ ਬਰੀਫ MSP ਦੇ ਬਾਰੇ ਦੱਸ ਦਿੰਦਾ। ਇਸ ਯਾਤਰਾ ਦੇ ਦੌਰਾਨ ਨਵਾਂ ਸ਼ਹਿਰ ਅਤੇ ਬੰਗਾ ਮੰਡੀ ਮੈਂ ਤੁਹਾਡੇ ਵਰਗੇ ਪੱਤਰਕਾਰ ਦੋਸਤਾਂ ਨੂੰ ਨਾਲ ਲੈ ਕੇ ਗਿਆ, ਕਿਉਂਕਿ ਦੁਆਬੇ ਦੇ ਵਿੱਚ ਮੱਕੀ ਦੀ ਭਰਪੂਰ ਫਸਲ ਹੋਈ ਹੈ। ਮੈਂ ਤੁਹਾਡੇ ਵਰਗੇ ਪੱਤਰਕਾਰ ਦੋਸਤਾਂ ਨੂੰ ਨਾਲ ਲੈ ਗਿਆ। ਮੱਕੀ ਦਾ MSP ਹੈਗਾ 1,850 ਰੁਪਈਏ ਪ੍ਰਤੀ ਕੁਇੰਟਲ। ਤੁਸੀਂ ਲੋਕਾਂ ਨੇ, ਪੱਤਰਕਾਰ ਦੋਸਤਾਂ ਨੇ ਸਵਾਲ ਕੀਤਾ ਕਿਸਾਨਾਂ ਨੂੰ ਵੀ ਮੱਕੀ ਕੀ ਭਾਅ ਵੇਚੀ ਹੈ। ਕਿਸੇ ਨੇ ਕਿਹਾ 650 ਰੁਪਈਆ, ਕਿਸੇ ਨੇ 750, ਕਿਸੇ ਨੇ 800 ਰੁਪਈਆ। ਮਤਲਬ ਕਿ 650 ਤੋਂ ਲੈ ਕੇ 850 ਤੱਕ MSP ਹੈਗੀ ਹੈ 1,850।
एक हज़ार तो लैके 1200 रुपये तक किसान की जेब कोई सरकारी खरीद एजेंसी मक्की खरीदने वास्ते नहीं आई। किसान की मजबूरी और प्राइवेट व्यापारियों को यह कहूंगी तूड़ी के भाव के उत्ते मक्की बेच के रो रहे थे किसान, लिटरली रो रहे थे। उन्होंने को गच भरे से गल नहीं सी हो रही मीडिया के नाल। आने वाले साल दो साल दोस्तों जिहड़ा ऑर्डीनेंस हैगा खेती सुधारां दे नां ते कोई खरीद एजेंसी नहीं आएगी। मैं सुखबीर बादल जिहड़ा कह रहा कि MSP नहीं टुटेगी, मैं सहमत हाँ। MSP नहीं टुटेगी, कणक की नहीं टुटेगी, चावल की नहीं टुटेगी, कपाह की नहीं टुटेगी, पर कोई सरकारी खरीद एजेंसी ये पंजाब दीआं तीन प्रमुख फसलां नहीं खरीदण आएगी। किसान की मजबूरी है। अडानी अर्गे कारपोरेट जिन्होंने डगरू दे विच फिरोजपुर जिले का पिंड डगरू 2500 एकड़ दे विच मकैनिकल खरीद केंद्र स्थापित किया, रेलवे लाइन जाती अंदर तक, वो तैयार बैठे किसान लुटन वास्ते। अद्धे पौने भा दे उत्ते कणक ते चावल ते नरमा कपाह खरीदणगे, दो दो तीन तीन साल नहीं पैसे देणगे। जिहड़े लोग कहिंदे आ कि पैसे देंगे कारपोरेट देणगे समय सिर, मैं उन्होंने चैलेंज करदा कि गन्ना मिल मालक बनाम अडानी, जमीन आसमान का फर्क है, छोटिया मच्छियां इन्हां दे कोल किसानों की पेमेंट करा के दिखा दो, दो तीन तीन साल तो लटक रही है पेमेंट। कारपोरेट अडानी वर्गियां तो पेमेंट सुपना लैना भी सरकारां दे वस दी गल नहीं। होना की है, पंजाब का छोटा तो मध्य वर्गी किसान जिहड़ा 75 तो 80% है, उहदी जमीन बैंकां दे कोले गिरवी पई है। जदों दो तीन साल मुख फसल के पैसे ना मिले तो फिर बैंकां ने आना कुरकियां करन वास्ते, तो गांठ साठ हैगी कारपोरेट की बैंकों के नाल, अडानी वर्गियां की गांठ साठ हैगी बैंकों के नाल, फिर कुरकियां के जरिए कौडियां के भा छोटे तो मध्य वर्गी जिहड़े 80% पंजाब दे विच किसान उन्हां दी जमीन खरीदी जाएगी, तो फिर पंजाब का एक किसान अडानिया का खेत मजदूर बनेगा। ज़्यादा समा नहीं लगना है, 8-10 साल की खेड हैगी है सारी। एक पंजाबी का नावल आया सी तूता बड़ा खूह मेरे हमोर बैठे दोस्त, पढ़िया होएगा सारे ने, एक शाहूकार किवें किसान की जमीन हड़प्पण वास्ते, क्योंकि उपजाऊ भूमि है पंजाब की, जिथे देश का नहीं पूरी दुनिया का बेहतरीन बासमती पंजाब के वातावरण से धरती दे विच पैदा हुंदा। अज इस उपजाऊ भूमि नूं हथियाउण वास्ते जिहड़ा डैथ वरंट पंजाबियों का बनया काला कानून खेती सुधार ऑर्डीनेंस लैके आए, असीं कैप्टन अमरिंदर सिंह नूं बेनती करदे हां, कैप्टन साहब ये ऑर्डीनेंस ने कला खेती नूं तबाह नहीं करना। बहुत सारे कारोबारी लोग, मैं लुधियाने तो हाँ, खुद इंडस्ट्रीलिस्ट हाँ, किसान का बेटा पर इंडस्ट्री चलाना, बहुत सारे इंडस्ट्रीलिस्ट व्यापारी लोग कहिंदे साडी आवाज़ नहीं चकते। मैं व्यापारियों नूं कारोबारियों नूं इंडस्ट्रीलिस्टां नूं दसना चाहुंदा कि ये खेती प्रधान सूबा है, तकरीबन 80% लोग सीधे सीधे तरीके दे नाल खेती दे नाल जुड़े हुए हैं। जे किसान की जेब दे विच कैश है फिर साइकल स्कूटर मोटरसाइकिल कारा सोना कपड़ा ता ही बिकना। जे किसान कोल कैश नहीं, जे किसान गया तो समझ लो व्यापार गया, धुरा हैगा खेतीबाड़ी साढ़े पंजाब का, जे धुरा टुट जाए किसी गड्डी का तो दोस्तों गड्डी कदे चल नहीं सकती। इस करके असी इस काले कानून के बरखिलाफ़ खेती सुधार ऑर्डीनेंस के बरखिलाफ़ कैप्टन अमरिंदर सिंह नूं बेनती पत्र एक मैमोरेंडम के रूप से देन चलिया कि तुरंत पंजाब विधानसभा का सैशन कॉल करो। तुसी विरोध दे विच नहीं, जन अंदोलन ये विरोधी पार्टियां करदे, तुसी विरोध च नहीं, तुसी सरकार दे विच हो, लोगों ने तुहानू ताकत दिती है, सुनहरा स्पष्ट बहुमत थोड़ी पार्टी नूं दिता है, तुरंत सैशन कॉल करके इस काले ऑर्डीनेंस का भोग पा दिओ, उहनूं रद्द कर दिओ, फिर तुसी जन अंदोलन करो, असीं भी समझांगे कि तुहाडे अंदर बड़ी इमानदारी है, असीं भी तुहाडे अंदोलन नूं सपोर्ट कर देंगे, सानू भी कहोगे कि तुसी मोदी कोले जाना, असीं भी तुहाडे पिछली कतार दे विच खड़ के मोदी साहब कोले पल्ला अड के चलांगे, और मैं सारे पंजाब की यात्रा करूँगी। लोक इंसाफ पार्टी साडा पहला फेस हैगा, असीं किसानां नूं लामबंद करांगे, कहांगे रेलां दे ट्रैकां ते बैठ जाओ, सड़कां जाम कर दिओ, रेलां दे ट्रैक जाम कर दिओ। ये समझ लो कि जे ये कानून लागू हो गया तो फिर अडानिया के खेत मजदूर बनने लई दोस्तों तैयार हो जाओ, पंजाब का किसान नहीं बच सकेगा। बहुत बहुत धन्यवाद, असी ये मैमोरेंडम देन जाना, मेरी गुजारिश है सारे दोस्त तुसी नाल भी चलियो ता जो मुख्यमंत्री साहब जां उन्हां दा दफ्तरी स्टाफ सानू की कहिंदा की रिप्लाई दिंदा ओ रिकॉर्ड ते आ। मैं सब अकाली बीजेपी कह रहे ने कि ये किसानां दे हक दे विच हैगा, मैं ये गल दा पहला व्याख्या करके हटिया कि सरदार सुखबीर सिंह बादल उस पार्टी के प्रधान हैगे जिहड़ी पार्टी देश के अंदर
ਸੂਬਿਆਂ ਦੇ ਵੱਧ ਅਧਿਕਾਰਾਂ ਦੀ ਲੰਬੜਦਾਰ ਪਾਰਟੀ ਰਹੀ ਹੈ। ਪ੍ਰਾਈਵੇਟ ਲਿਮਿਟਡ ਕੰਪਨੀ ਬਣਨ ਤੋਂ ਪਹਿਲਾਂ ਸੁਖਬੀਰ ਬਾਦਲ ਪਰਿਵਾਰ ਦੀ ਪਕੜ ਤੋਂ ਪਹਿਲਾਂ ਦੇਸ਼ ਦੇ ਅੰਦਰ ਵੱਧ ਅਧਿਕਾਰਾਂ ਦੀ ਜੇ ਆਵਾਜ਼ ਉਠਾਉਂਦਾ ਸੀ ਤਾਂ ਅਕਾਲੀ ਦਲ, ਦੇਸ਼ ਦੀਆਂ ਬਾਕੀ ਸਟੇਟ ਪਾਰਟੀਆਂ ਅਕਾਲੀ ਦਲ ਦੇ ਮਗਰ ਲੱਗਦੀਆਂ ਸੀ। ਅੱਜ ਉਸੇ ਅਕਾਲੀ ਦਲ ਦਾ ਪ੍ਰਾਈਵੇਟ ਲਿਮਿਟਡ ਫਰਮ ਬਣਾਈ ਫਿਰਦਾ ਪ੍ਰਧਾਨ ਆਪਣੀ ਧਰਮ ਪਤਨੀ ਦੀ ਬਜ਼ਾਰਤ ਬਚਾਉਣ ਵਾਸਤੇ ਇਸ ਰਾਜਾਂ ਦੇ ਅਧਿਕਾਰਾਂ 'ਤੇ ਡਾਕਾ ਮਾਰਦੇ ਆਰਡੀਨੈਂਸ ਦਾ ਸਮਰਥਨ ਕਰ ਰਿਹਾ, MSP ਦਾ ਰੌਲਾ ਪਾ ਰਿਹਾ। MSP ਕੀ ਹੈਗੀ ਆ? ਕੁਛ ਵੀ ਨਹੀਂ। ਸਰਕਾਰ ਕਰੇਗੀ MSP ਤੈਅ, ਕਣਕ ਦੀ ਵੀ ਕਰੇਗੀ, ਚਾਵਲ ਦੀ ਵੀ ਕਰੇਗੀ, ਨਰਮੇ ਦੀ ਵੀ ਕਰੇਗੀ, ਪਰ ਕੋਈ ਖਰੀਦ ਏਜੰਸੀ ਖਰੀਦਣ ਨਹੀਂ ਆਏਗੀ। ਕਿਸਾਨ ਦੀ ਮਜਬੂਰੀ ਹੋਏਗੀ ਕਿ ਅਡਾਨੀ ਵਰਗੇ ਕਾਰਪੋਰੇਟਰਾਂ ਨੂੰ ਅੱਧੇ ਪੌਣੇ ਭਾਵਾਂ 'ਤੇ ਆਪਣੀ ਜਿਣਸ ਵੇਚਣ ਲਈ ਮਜਬੂਰ ਹੋਏਗਾ ਹੀ ਹੋਏਗਾ। ਇਹ ਭੰਬਲ ਭੂਸਾ ਖੜਾ ਕਰ ਰਿਹਾ ਸੁਖਬੀਰ ਸਿੰਘ ਬਾਦਲ। ਤੁਹਾਡੇ ਮੀਡੀਆ ਦੇ ਸਨਮੁੱਖ ਕਿਤੇ ਡਿਬੇਟ ਰੱਖ ਲਓ, ਜੇ ਸਾਡੇ ਤੱਥ ਝੂਠ ਹੋਣ ਤਾਂ ਮੈਂ ਹੱਥ ਜੋੜ ਕੇ ਮਾਫ਼ੀ ਮੰਗ ਲਵਾਂ। ਮੋਹਾਲੀ 'ਚ ਪ੍ਰੈਸ ਕਾਨਫਰੰਸ ਦੇ ਆਯੋਜਨ ਤੋਂ ਬਾਅਦ ਸਿਮਰਜੀਤ ਸਿੰਘ ਬੈਂਸ ਦਾ ਕਾਫਿਲਾ ਸੀ ਜੋ ਕਿ ਮੋਹਾਲੀ ਯਾਨੀ ਕਿ ਲਾਸਟ ਪੰਜਾਬ ਦੇ ਹੱਦ 'ਤੇ ਪਹੁੰਚਿਆ ਅਤੇ ਚੰਡੀਗੜ੍ਹ ਜਿੱਥੇ ਐਂਟਰੀ ਸੀ ਉੱਥੇ ਵੀ ਪੰਜਾਬ ਪੁਲਿਸ ਵੱਲੋਂ ਉਹਨਾਂ ਨੂੰ ਰੋਕ ਲਿਆ ਗਿਆ ਅਤੇ ਕਿਹਾ ਗਿਆ ਕਿ ਕੇਵਲ 2 ਬੰਦੇ ਹੀ ਅੱਗੇ ਜਾਣਗੇ, ਜਿਸ ਤੋਂ ਬਾਅਦ ਬਲਵਿੰਦਰ ਸਿੰਘ ਬੈਂਸ ਅਤੇ ਸਿਮਰਜੀਤ ਸਿੰਘ ਬੈਂਸ ਹੀ CM ਆਵਾਸ ਤੱਕ ਪਹੁੰਚੇ ਆਪਣਾ ਮੈਮੋਰੈਂਡਮ ਦੇਣ ਲਈ। ਕਾਰ 'ਚ ਨਹੀਂ, ਸਾਡੀ ਸਾਈਕਲ ਯਾਤਰਾ ਰੈੱਡ ਲਾਈਨ ਵਿਛੀ ਹੋਈ ਹੈ, ਅਸੀਂ ਕੋਈ ਨਿਯਮ ਨਹੀਂ ਤੋੜਦੇ। ਤੁਸੀਂ 4 ਦੀ ਜਗ੍ਹਾ 3 ਕਹਿੰਦੇ ਹੋ, 3 ਦੀ ਜਗ੍ਹਾ 2 ਕਹਿੰਦੇ ਹੋ, 2 ਲੈਜਿਸਲੇਚਰ ਹੈ, ਕੋਈ ਪ੍ਰੋਬਲਮ ਨਹੀਂ ਹੈਗੀ। ਤਾਂ ਕਿ ਅਸੀਂ 300 ਕਿਲੋਮੀਟਰ ਜਿਹੜਾ ਕਿਸਾਨਾਂ ਦਾ ਦਰਦ ਲੈ ਕੇ ਆਏ, ਅਸੀਂ ਉਹ ਸਾਰੀ ਬਰੀਫਿੰਗ CM ਰੈਜੀਡੈਂਸ ਕਿਸੇ ਅਧਿਕਾਰ ਨੂੰ ਦੱਸ ਦਿੱਤੀ। ਅਭੀ ਬਿਲਕੁਲ ਸਾਈਕਲ ਪੇ ਮਨਾ ਹੈ, ਹਮ ਪੂਰੇ ਰਿਸਪੈਕਟਫੁਲੀ ਮੈਂ ਇੱਕ ਹਾਂ ਇੱਕ ਵਾਰ ਹਮ ਪੂਰਾ ਵੈਸੇ ਹਮ ਪੂਰਾ ਰਿਸਪੈਕਟਫੁਲੀ ਆਪਕੋ ਆਪਕੀ ਹੀ ਕਾਰ ਮੈਂ ਐਸਕੋਰਟ ਕਰਕੇ ਲੈ ਜਾ ਸਕਦੇ ਹੈ। ਇਹਨੂੰ ਐਸਕੋਰਟ ਕਰ ਲੈ ਸੁਣ ਲੋ ਗੱਲ ਪੂਰੀ ਨਹੀਂ। ਅਗਰ ਦੇਖੀਏ ਆਪ ਇਤਨੀ ਦੂਰ ਸੇ ਆਏ ਹੈਂ, ਮੇਨ ਆਪਕਾ ਹੈ CM ਸੇ ਬਾਤ ਕਰਨਾ, ਠੀਕ ਹੈ, ਤੋ ਜੋ ਮੇਨ ਮੋਟਿਵ ਹੈ ਹਮ ਉਸਕੋ ਫੋਕਸ ਮੇਂ ਰੱਖਤੇ ਹੈਂ, ਆਪ ਬਾਤ ਕਰੀਏ, ਆਪਕਾ ਮੇਨ ਮੁੱਦਾ ਕਲੀਅਰ ਹੋਣਾ ਚਾਹੀਏ। ਮੈਡਮ ਅਸੀਂ ਜਲਿਆਂਵਾਲਾ ਬਾਗ ਤੋਂ CM ਰੈਜੀਡੈਂਸ ਤੱਕ ਸਾਈਕਲ, ਫਿਰ ਅਸੀਂ ਜਲਿਆਂਵਾਲਾ ਬਾਗ ਤੋਂ ਕਾਰ 'ਚ ਤੁਰ ਸਕਦੇ ਸੀ। ਕਾਰ 'ਚ ਵੀ ਆ ਸਕਦੇ ਅਸੀਂ, ਇੰਨੀ 42-43 ਡਿਗਰੀ ਟੈਂਪਰੇਚਰ ਰਾਤ ਨੂੰ ਤੰਬੂਆਂ ਦੇ ਵਿੱਚ ਸੌ ਕੇ ਤੱਕ ਆਏ ਹਾਂ। CM ਰੈਜੀਡੈਂਸ ਉਹ ਭਵਨ ਹੁੰਦਾ ਜਿੱਥੇ ਸਟੇਟ ਦੇ ਲੋਕਾਂ ਨੂੰ ਨਿਆਂ ਦੀ ਆਸ ਹੁੰਦੀ ਹੈ। ਅਸੀਂ ਮੋਰਓਵਰ ਲੈਜਿਸਲੇਚਰ ਹਾਂ, ਸਾਨੂੰ ਨਿਯਮ ਕਾਨੂੰਨ ਪਤਾ, ਅਸੀਂ ਕੋਈ ਨਿਯਮ ਕਾਨੂੰਨ ਤੋੜਨ ਦੇ ਹੱਕ 'ਚ ਨਹੀਂ ਹੈਗੇ। ਅਸੀਂ ਇਹ ਕਹਿੰਦੇ ਹਾਂ ਤੁਸੀਂ ਜਿਹੜੀ ਲਾਲ ਪੱਟੀ ਹੈ, ਅਸੀਂ ਲਾਲ ਪੱਟੀ 'ਤੇ ਜਾਵਾਂਗੇ। ਤੁਹਾਡੇ 'ਚੋਂ ਕਿਸੇ ਨੇ ਕੋਈ ਗੱਡੀ ਨਾਲ ਪੁਲਿਸ ਫੋਰਸ 'ਤੇ ਜਾਣੀ, ਸਾਨੂੰ ਕੋਈ ਇਤਰਾਜ਼ ਨਹੀਂ। ਬਾਹਰ ਪਾਰਕਿੰਗ ਦੇ ਵਿੱਚ ਰੈਜੀਡੈਂਸ ਦੇ ਆਊਟਸਾਈਡ 'ਤੇ ਪਾਰਕਿੰਗ ਹੈ, ਉੱਥੇ ਸਾਈਕਲ ਲਾ ਕੇ ਨਿਯਮ ਦਾ ਪਾਲਣ ਕਰਦੇ ਹੋਏ ਅਸੀਂ ਲੋਕਾਂ ਦੀਆਂ ਭਾਵਨਾਵਾਂ ਮੌਖਿਕ ਤੌਰ 'ਤੇ, ਵਰਬਲ ਤੌਰ 'ਤੇ ਐਂਡ ਰਿਟਨ ਰੂਪ ਦੇ ਵਿੱਚ ਦੇ ਕੇ ਵਾਪਸ ਆ ਜਾਵਾਂਗੇ। ADC ਸਾਹਿਬ ਐਸੇ ਯਹਾਂ ਪੇ ਵੀ ਆ ਕੇ ਲੈ ਸਕਤੇ ਅਗਰ ਆਪਕੋ ਇੱਛਾ ਹੈ ਤੋ। ਨਹੀਂ ਫਿਰ ਅਸੀਂ ਮੈਂ ਤੁਸੀਂ ਮੇਰੀ ਭਾਵਨਾ ਸ਼ਾਇਦ ਸਮਝ ਨਹੀਂ ਸਕੇ। ਠੀਕ ਹੈ, ਅੱਛਾ ਦੇਖੀਏ, ਮੁਝੇ ਇੱਕ ਵਾਰ ਬਤਾ ਦੀਜੀਏ, ਮੇਰੀ ਤਰਫ ਸੇ ਯਹੀ ਰਿਕੁਐਸਟ ਰਹੇਗੀ ਕਿ ਆਪ ਆਪਣੀ ਗਾੜੀ ਮੇਂ ਆ ਜਾਈਏ, ਬਾਕੀ ਅਭੀ ਆਪ ਫਾਈਨਲ ਕਿਆ ਕਰੇਂ, 2 ਲੋਕ ਤੁਸੀਂ, ਮੈਂ ਲੋਕ ਦੀ ਗੱਲ ਹੀ ਨਹੀਂ ਕੀਤੀ, ਅਸੀਂ 2, ਇਹਨਾਂ ਨੇ 4 ਕਹੇ, ਤੁਸੀਂ 2 ਚੱਲ ਪਓ, ਨੋ ਪ੍ਰੋਬਲਮ, ਕਿਉਂਕਿ ਬਰੀਫਿੰਗ ਜਿਹੜੀ ਆ ਉਹ ਮੈਂ ਦੇਣੀ ਹੈਗੀ ਆ। ਅਸੀਂ 2 MLA ਹਾਂ, ਅਸੀਂ 2 ਚੱਲ ਜਾਵਾਂਗੇ, ਨੋ ਪ੍ਰੋਬਲਮ, ਤਾਂ ਕਿ ਨਿਯਮ ਪਾਲਣ ਰਹਿ ਸਕੇ। ਕਰੋਨਾ ਬਿਮਾਰੀ ਆ ਨਹੀਂ, ਆ ਜਿਹੜੇ ਬੈਰੀਅਰ ਸੀ, ਹੁਣ ਨੂੰ ਇੱਕ ਅੱਧਾ ਬੈਰੀਅਰ ਖੱਬਾ ਸੱਜਾ ਹੁੰਦਾ, ਚੰਗਾ ਨਹੀਂ ਲੱਗੂਗਾ, ਵਧੀਆ ਨਹੀਂ ਲੱਗੂਗਾ। ਆਪਾਂ ਚੰਗਾ ਮੈਸੇਜ ਵੀ ਦਈਏ ਵੀ ਅਸੀਂ ਡਿਸਟੈਂਸਿੰਗ ਦਾ ਵੀ ਖਿਆਲ ਰੱਖਦੇ ਹਾਂ। ਸ਼ੁਕਰੀਆ। ਤੁਹਾਨੂੰ ਦੱਸ ਦਈਏ ਕਿ ਮੁੱਖ ਮੰਤਰੀ ਆਵਾਸ ਪਹੁੰਚਣ ਤੇ ਸਿਮਰਜੀਤ ਸਿੰਘ ਬੈਂਸ ਨੂੰ CM ਕੈਪਟਨ ਅਮਰਿੰਦਰ ਸਿੰਘ ਤਾਂ ਨਹੀਂ ਮਿਲੇ, ਪਰੰਤੂ ਇੱਕ ਅਧਿਕਾਰੀ ਵੱਲੋਂ ਉਹਨਾਂ ਦਾ ਜੋ ਮੰਗ ਪੱਤਰ ਸੀ CM ਦੇ ਨਾਂ ਤੇ ਉਹ ਜ਼ਰੂਰ ਲੈ ਲਿਆ ਗਿਆ। ਇੱਥੇ ਇਹ ਵੀ ਦੱਸਣਯੋਗ ਹੈ ਕਿ ਸਿਮਰਜੀਤ ਸਿੰਘ ਬੈਂਸ ਨੇ ਵਿਧਾਨ ਸਭਾ ਦਾ ਸਪੈਸ਼ਲ ਸੈਸ਼ਨ ਬੁਲਾਉਣ ਲਈ ਵੀ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੂੰ ਅਪੀਲ ਕੀਤੀ ਹੈ। ਸਾਰੀ ਡਿਟੇਲ ਜਲਿਆਂਵਾਲਾ ਬਾਗ ਤੋਂ ਲੈ ਕੇ ਚੰਡੀਗੜ੍ਹ CM ਰੈਜੀਡੈਂਸ ਤੱਕ ਕਿੰਨੇ ਲੋਕ ਸਾਨੂੰ ਪਿੰਡਾਂ ਦੇ ਵਿੱਚ ਅੱਧੀ ਰਾਤ ਤੱਕ ਮਿਲਦੇ ਰਹੇ ਆ, ਉਹਨਾਂ ਕਿਸਾਨਾਂ ਦੀਆਂ, ਦਲਿਤ ਖੇਤ ਮਜ਼ਦੂਰਾਂ ਦੀਆਂ, ਕਾਲੇ ਆਰਡੀਨੈਂਸ ਨੂੰ ਲੈ ਕੇ ਜਿਹੜਾ ਪੰਜਾਬ ਦੇ ਡੈਥ ਵਾਰੰਟ ਹੈਗੇ ਆ ਉਹਨੂੰ ਲੈ ਕੇ ਭਾਵਨਾਵਾਂ ਕੀ ਹੈਗੀਆਂ? ਕਿਉਂਕਿ ਅਸੀਂ 3 ਦਿਨ ਪਹਿਲਾਂ ਜਿਹੜਾ ਪੈਂਫਲੇਟ ਬਰੋਸ਼ਰ ਪ੍ਰਿੰਟ ਕਰਾਇਆ ਸੀ, GT ਰੋਡ ਦੇ 5 ਕਿਲੋਮੀਟਰ ਘੇਰੇ 'ਚ ਪੈਂਦੇ ਪਿੰਡ ਕਸਬਿਆਂ ਦੇ ਵਿੱਚ ਚੰਗੀ ਤਰ੍ਹਾਂ ਬਣਾ ਕੇ ਲੋਕਾਂ ਨੂੰ ਸਮਝਾਇਆ ਕਿ ਇਹ ਆਰਡੀਨੈਂਸ ਹੈ ਕੀ ਹੈ। ਜਿਹੜੀਆਂ ਗੱਲਾਂ ਸਾਨੂੰ ਮੁੱਖ ਮੰਤਰੀ ਦੇ OSP ਸਾਹਿਬ ਨੂੰ ਦੱਸ ਕੇ ਆਏ ਹਾਂ ਐਂਡ ਲਿਖਤ ਰੂਪ ਦੇ ਵਿੱਚ ਵੀ ਐਂਡ ਇਹ ਵੀ ਦੱਸ ਕੇ ਆਏ ਹਾਂ ਕਿ ਜਿਹੜੀ ਆਲ ਪਾਰਟੀ ਮੀਟ ਹੈਗੀ ਆ ਉਹਦੇ ਵਿੱਚ ਪਾਸ ਕੀਤੇ ਪ੍ਰਸਤਾਵ ਦਾ 1 ਪੈਸੇ ਦਾ ਵੀ ਲਾਭ ਨਹੀਂ ਹੈਗਾ।
ਸਾਡੇ ਸਟੇਟ ਦੀ ਸਟੈਚੂਰੀ ਬਾਡੀ ਪੰਜਾਬ ਵਿਧਾਨ ਸਭਾ ਉਸ ਸਟੈਚੂਰੀ ਬਾਡੀ ਪੰਜਾਬ ਵਿਧਾਨ ਸਭਾ ਦਾ ਤੁਰੰਤ ਨਵੀਂ ਸੈਸ਼ਨ ਕਾਲ ਕੀਤੇ ਬਿਨਾਂ ਇਸ ਕਾਲੇ ਕਾਨੂੰਨ ਆਰਡੀਨੈਂਸ ਦਾ ਭੋਗ ਪਾਏ ਬਿਨਾਂ ਗੱਡੀ ਨਹੀਂ ਚੱਲਣੀ। ਨਾਲੇ ਵੀ ਕਹਿ ਕੇ ਆਏ ਹਾਂ ਵੀ ਮੁੱਖ ਮੰਤਰੀ ਸਾਹਿਬ ਨੂੰ ਕਹਿ ਦੇ ਉਹ ਸੈਸ਼ਨ ਕਾਲ ਕਰਕੇ ਬਹੁਤ ਸਮਤੀ ਦੇ ਨਾਲ ਰੱਦ ਕਰਨ, ਅਗਲਾ ਕੋਈ ਐਜੀਟੇਸ਼ਨ ਦੇਣਗੇ ਕਾਲੇ ਕਾਨੂੰਨ ਦੇ ਵਿਰੁੱਧ, ਅਸੀਂ ਪਾਰਟੀ ਵਾਈਜ਼ ਤੌਰ ਤੇ ਉੱਠਣਗੇ, ਸਾਨੂੰ ਬੁਲਾਉਣਗੇ ਨਹੀਂ, ਅਸੀਂ ਬਿਨ ਬੁਲਾਏ ਜਾਵਾਂਗੇ ਸਪੋਰਟ ਕਰਨ ਵਾਸਤੇ। ਚਾਹੇ ਉਹ ਮੋਦੀ ਸਾਹਿਬ ਦੇ ਦਫ਼ਤਰ ਕੋਠੀ ਦਾ ਘਰਾਓ ਹੋਵੇ, ਕੋਈ ਹੋਰ ਦਿੱਲੀ ਦੇ ਅੰਦਰ ਐਜੀਟੇਸ਼ਨ ਹੋਵੇ, ਅਸੀਂ ਬਿਨਾਂ ਸੱਤਾਧਾਰੀ ਧਿਰ ਦੇ ਕਹਿ ਤੋਂ ਸਿਰਫ ਪੰਜਾਬ ਨੂੰ ਬਚਾਉਣ, ਕਿਉਂਕਿ ਇੱਡਾ ਖਤਰਨਾਕ ਖੇਤੀ ਸੁਧਾਰਾਂ ਦੇ ਨਾਮ ਦੇ ਉੱਤੇ ਆਰਡੀਨੈਂਸ ਆ, ਪੰਜਾਬ ਦੀ 80% ਕਿਸਾਨੀ ਦੀ ਜ਼ਮੀਨ ਕੌਡੀਆਂ ਦੇ ਭਾਅ ਅਡਾਨੀਆਂ ਨੇ ਖਰੀਦਣ ਦੀ ਪਲੈਨਿੰਗ ਇਸ ਆਰਡੀਨੈਂਸ ਦੇ ਜ਼ਰੀਏ ਕੀਤੀ ਹੈ, ਕਨਵਿੰਸ ਆ। ਐਂਡ OST ਸਾਹਿਬ ਨੇ ਇਹ ਵੀ ਕਿਹਾ, ਮੈਂ ਇਹਨਾਂ ਨੂੰ ਕਿਹਾ ਸੀ ਵੀ ਮੁੱਖ ਮੰਤਰੀ ਸਾਹਿਬ ਟੈਲੀਫੋਨ 'ਤੇ ਮੇਰੀ ਗੱਲ ਕਰਾ ਦਿਓ, ਉਹਨਾਂ ਨੇ ਕਿਹਾ ਮੈਂ ਜ਼ਰੂਰ ਤੁਹਾਡੀ ਟੈਲੀਫੋਨ ਦੇ ਉੱਤੇ ਵੀ ਯਤਨ ਕਰੂੰਗਾ ਵੀ ਤੁਹਾਡੀ ਗੱਲ ਹੋ ਸਕੇ। ਮੈਨੂੰ ਉਮੀਦ ਹੈਗੀ ਆ ਕਿ ਸੈਸ਼ਨ ਕਾਲ ਹੋ ਜਾਵੇ, ਮੁੱਖ ਮੰਤਰੀ ਸਾਹਿਬ ਇਸ ਦਾ ਪੱਲਾ ਅੱਡ ਕੇ ਮੰਗ ਮੰਨਣ, ਜਦੋਂ ਉਹਨਾਂ ਨੂੰ ਇਸ ਗੱਲ ਦਾ ਪੁਖਤਾ ਤੌਰ 'ਤੇ ਜਾਣਕਾਰੀ ਹੈ ਵੀ ਇਹਦੇ ਨਾਲ ਪੰਜਾਬ ਗਿਆ। ਜਿਵੇਂ ਮੱਕੀ ਵੀ ਮੈਂ ਤੁਹਾਨੂੰ MSP ਦੱਸਦੀ, ਤੁਸੀਂ 1800 ਰੁਪਈਏ 'ਤੇ ਵਿਕੀ ਹੈਗੀ ਆ, 650 ਰੁਪਈਏ, ਇਹੀ ਹਾਲ ਆਉਂਦੇ ਸਾਲਾਂ ਦੇ ਵਿੱਚ ਕਣਕ ਦੀ ਜੀਰੀ ਦਾ ਹੋਣਾ। ਮੈਨੂੰ ਉਮੀਦ ਆ ਵੀ ਸੈਸ਼ਨ ਕਾਲ ਕਰਨਗੇ, ਸੈਸ਼ਨ ਕਾਲ ਅਗਰ ਕਾਂਗਰਸ ਕਰਕੇ ਇਸ ਕਾਲੇ ਕਾਨੂੰਨ ਦਾ ਫਾਤੀਆ ਪੜ੍ਹਦੀ ਆ, ਕੋਈ ਐਜੀਟੇਸ਼ਨ ਕਰਨਗੇ, ਅਸੀਂ ਬਿਨਾਂ ਇਹਨਾਂ ਦੀ ਕਾਲ ਤੋਂ ਸਾਨੂੰ ਨਾ ਬੁਲਾਉਣ, ਅਸੀਂ ਤਾਂ ਵੀ ਸਪੋਰਟ ਕਰਾਂਗੇ। ਪੰਜਾਬ ਅਤੇ ਪੰਜਾਬੀਅਤ ਨਾਲ ਜੁੜਿਆ ਹਰ ਮੁੱਦਾ, ਹਰ ਖਬਰ ਨਿਰਪੱਖ ਤਰੀਕੇ ਨਾਲ ਤੁਹਾਡੇ ਤੱਕ ਪਹੁੰਚਣ ਦੀ ਕੋਸ਼ਿਸ਼ ਵਿੱਚ ਤੁਸੀਂ ਵੀ ਦੇਵੋ ਸਾਡਾ ਸਾਥ, ਤਾਂ ਹੁਣੇ ਲਾਈਕ ਕਰੋ ਸਾਡਾ ਫੇਸਬੁੱਕ ਪੇਜ, ਸਬਸਕ੍ਰਾਈਬ ਕਰੋ YouTube 'ਤੇ ਅਤੇ ਫੋਲੋ ਕਰੋ ਇੰਸਟਾ ਅਤੇ ਟਵਿੱਟਰ 'ਤੇ ਨਿਰਪੱਖ ਪੋਸਟ, ਖਬਰ ਦੀ ਨਿਰਪੱਖ ਆਵਾਜ਼। ਵਿਜ਼ਿਟ ਕਰੋ www.nirpakhpost.com।